ਜਿਹੜਾ ਵੀ ਬੰਦਾ ਇੱਥੇ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਗੱਲ ਕਰੂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕਰੂ ਉਹ ਇੰਨਾਂ ਸਰਕਾਰਾਂ ਨੇ ਨਹੀਂ ਬਖਸ਼ਿਆ ਵਹ ਤਾਂ ਤੁਸੀਂ ਦੇਖੋ ਕੱਲ ਫਰੋਹੇਪੁਰ ਆਇਆ ਸਾਰੀਆਂ ਸੜਕਾਂ ਫਰੋਹੇਪੁਰ ਦੀਆਂ ਬੰਦ ਐ ਪੁਲਿਸ ਲੱਗੀ ਹੋਈ ਐ ਕਿਸੇ ਬੰਦੇ ਨੂੰ ਨਹੀਂ ਆਉਣ ਦਿੱਤਾ ਜਾਂਦਾ 4000 ਪੁਲਿਸ ਵਾਲਾ ਲੱਗਿਆ ਵਾਸੀ ਕੱਲ ਕਲੇ ਫਰੋਹੇਪੁਰ ਜਿੱਥੇ ਮੁੱਖ ਮੰਤਰੀ ਸਾਹਿਬ ਸਤੋਜ ਵਾਲੇ ਆਏ ਐ ਉੱਥੇ ਉਲਟਾ ਡਰਾਮਾ ਕਰੀ ਜਾਂਦਾ ਦੇਖੋ ਜੀ ਮੈਂ ਪਹਿਲਾਂ ਕੋਈ ਮੁੱਖ ਮੰਤਰੀ ਦੇਖਿਆ ਵੀ ਐ ਲੋਕਾਂ 'ਚ ਮਿਲਦਾ ਲੋਕ ਕਿਹੜੇ ਆ ਉਹ ਤੇਰੇ ਚਮਚੇ ਖੜੇ ਆ ਉਹ ਜਿੰਦਾਬਾਦ ਜਿੰਦਾਬਾਦ ਕਰੀ ਜਾਂਦੇ ਆ ਜਿਹੜਾ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਅੱਜ ਪਰਮੰਦਰ ਸਿੰਘ ਨਸ਼ਿਆਂ ਖਿਲਾਫ ਬੋਲ ਰਿਹਾ ਸੀ ਅੱਜ ਉਹਨੂੰ ਚਾਕੀਆਂ ਦਾ ਡਾਕਤਾ ਮਿਲਦਾ 12 ਤੋਂ 15 ਦਾ ਅੰਕੜਾ ਪੰਜਾਬ ਚ ਇੱਕ ਦਿਨ ਦਾ ਜਿਹੜੇ ਨੌਜਵਾਨ ਮਰਦੇ ਆ ਚਿੱਟੇ ਦੇ ਨਾਲ ਕਿਤੇ ਮੀਡੀਆ 'ਚ ਖਬਰ ਆਉਂਦੀ ਆ ਕੋਈ ਖਵਾਰਚ ਖਬਰ ਲੱਗਦੀ ਆ ਸਾਰਾ ਖਰੀਦਿਆ ਹੋਇਆ ਹਾਲਾਂਕਿ ਚੱਟਾ ਵੀ ਸਲੂੰ ਸਰਕਾਰਾਂ ਚ ਵੀ ਵੇਖਿਆ ਵੀ ਦੋ ਰਾਮਾਂ ਨੇ ਬਾਦਲਾਂ ਚ ਬਥੇਰਾ ਵੇਖਿਆ ਕਾਂਗਰਸ ਚ ਬਥੇਰਾ ਵੇਖਿਆ ਇੰਨਾ ਚ ਕਈ ਗੁਣਾ ਵੱਧ ਗਿਆ ਉਹਨੂੰ ਰੋਕਣ ਦੀ ਬਜਾਏ ਝੋਟੇ ਨੇ 21 ਤਰੀਕ ਨੂੰ ਕੱਠ ਰੱਖਿਆ ਸੀ ਵੀ ਸਵਾਲ ਕਰਨਾ ਸਰਕਾਰ ਨੂੰ ਪੰਜਾਬ ਦਾ ਕੱਠ ਸੀ ਮਾਨਸਾ ਚ ਵੀ ਰੋਕਿਆ ਨਹੀਂ ਜੀ ਦੱਸੋ ਬੰਦ ਕਿਉਂ ਨਹੀਂ ਕਰ ਰਹੇ ਤੇ ਜ਼ਿੰਮੇਵਾਰ ਕੌਣ ਬੋਰਡ ਲੱਗ ਰਿਹਾ ਪੰਜਾਬ ਦੇ ਵਿੱਚ ਸਰਕਾਰ ਤਾਂ ਕਹਿੰਦੀ ਪਿਛਤਾਚਾਰ ਖਤਮ ਕਰਤਾ ਸੀ ਤਾਂ ਜਿਹੜਾ ਨਸ਼ੇ ਨੂੰ ਠੱਲ ਪਾਤੀ 24 ਘੰਟਿਆਂ ਦੇ ਦਾਅਵੇ ਲੋਕਾਂ ਦੇ ਨਾਲ ਸੀਗੇ ਉਹ ਕੀ ਸੀਗਾ ਉਹ ਮਿੱਠੀਆਂ ਗੋਲੀਆਂ ਸੀ ਜਾਂ ਚੂਰਨੀਆਂ ਦੀਆਂ ਗੋਲੀਆਂ ਸੀ ਇਹ ਉਹ ਦਿੱਤੀਆਂ ਗਈਆਂ ਪੰਜਾਬ ਦੇ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਜਹਾਜ਼ ਤੇ ਨਹੀਂ ਆਇਆ ਗੱਡੀ ਤੇ ਆ ਇਹ ਗੱਲ ਬਹੁਤ ਵੱਡੀ ਹੈ ਮੁੱਖ ਮੰਤਰੀ ਗੋਡੇ-ਗੋਡੇ ਪਾਣੀ ਦੀ ਫਿਰਦਾ ਹੈ ਵੱਡੀ ਗੱਲ ਹੈ ਸਾਡੇ ਲਈ ਇਹ ਗੱਲ ਥੋੜੀ ਵੱਡੀ ਵੀ ਸਾਡੇ ਨੌਜਵਾਨ ਚਿੱਟੇ ਨਾਲ ਮਰ ਰਹੇ ਆ ਜਵਾਨੀ ਬਾਹਰ ਨੂੰ ਭੱਜ ਚਲੀ ਹਰਿਆਣੇ ਨੂੰ 10 ਏਕੜ ਜ਼ਮੀਨ ਉਹਨਾਂ ਨੇ ਸੈਂਟਰ ਨੇ ਕਹਦਾ ਚੰਡੀਗੜ੍ਹ ਦੇ ਵਿੱਚ ਜੂਟੀ ਨੇ ਵੀ ਆ ਚੱਕੋ ਉਸ ਨੂੰ 10 ਏਕੜ ਜ਼ਮੀਨ ਦਾ ਹਸਾਬ ਬਣਾਉਣ ਲਈ ਦਿੱਤੀ ਕਿਸੇ ਮੰਤਰੀ ਦਾ ਕਿਸੇ ਵਿਰੋਧੀ ਧਿਰ ਦੇ ਲੀਡਰ ਦਾ ਕਿਹਦਾ ਬਿਆਨ ਆਇਆ ਸਭ ਚੁੱਪਾ BBMB ਦੇ ਵਿੱਚ ਪੰਜਾਬ ਕਾਡ ਦਾ ਸਭ ਚੁੱਪ ਹੈ। ਕੱਜ ਸਵੇਰੇ ਹੀ ਮਾਨਸਾ ਦੇ ਵਿੱਚ ਉਸ ਸਮੇਂ ਹੜਬੜੀ ਮੱਚ ਜਾਂਦੀ ਹੈ ਜਦੋਂ ਮਾਨਸਾ ਪ੍ਰਵਿੰਦਰ ਸਿੰਘ ਝੋਟੇ ਨੂੰ ਜਿਹੜਾ ਘਰੋਂ ਆਕੇ ਪੁਲਿਸ ਚੁੱਕਣ ਲੱਗਦੀ ਹੈ ਤਾਂ ਪ੍ਰਵਿੰਦਰ ਸਿੰਘ ਝੋਟੇ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਵੀਡੀਓਆਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਸਾਰਾ ਜਗ ਜਰ ਹੋ ਚੁੱਕਿਆ। ਅਤੇ ਉਸ ਦੇ ਹੱਕ ਦੇ ਵਿੱਚ ਅੱਜ ਧਰਨਾ ਦਿੱਤਾ ਗਿਆ ਸੀ ਮਾਨਸਾ ਕਚੇਰੀਆਂ ਦੇ ਜਿੱਥੇ ਲੱਖਾ ਸਿਧਾਨਾ ਵੀ ਸਪੋਰਟ ਕਰਨ ਵਾਸਤੇ ਪਹੁੰਚੇ ਸੀ ਲੱਖੇ ਦੇ ਨਾਲ ਗੱਲਬਾਤ ਕਰਾਂਗੇ ਲੱਖਾ ਭਾਈ ਸਾਡੇ ਨਾਲ ਮੌਜੂਦ ਹੈ ਲੱਖੇ ਭਾਈ ਕਿਵੇਂ ਦੇਖਦੇ ਹੋ ਜਿਹੜਾ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਅੱਜ ਪਰਮੰਦਰ ਸਿੰਘ ਨਸ਼ਿਆਂ ਖਿਲਾਫ ਬੋਲ ਰਿਹਾ ਸੀ ਅੱਜ ਉਹਨੂੰ ਚਾਕੀ ਅੰਦਰ ਡਾਕਤਾ ਥੋੜੇ ਦਿਨ ਪਹਿਲਾਂ ਭਾਨੇ ਨੂੰ ਡੱਕਿਆ ਸੀਗਾ ਹਾਲਾਂਕਿ ਉਹਦੀ ਆਪਰੇਹਾਈ ਚਲੋ ਹੋ ਚੁੱਕੀ ਹੈ ਦੇਖੋ ਜਿਹੜਾ ਵੀ ਬੰਦਾ ਇੱਥੇ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਗੱਲ ਕਰੂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕਰੂ ਉਹ ਇੰਨਾਂ ਸਰਕਾਰਾਂ ਨੇ ਨਹੀਂ ਬਖਸ਼ਣਾ ਦੋ ਪਹਿਲਾਂ ਹੀ ਆਪਾਂ ਦੇਖਿਆ ਨਾ ਕਿ ਜੋ ਸਾਡੇ ਮੁੰਡਿਆਂ ਨੇ ਨੌਜਵਾਨਾਂ ਨੇ ਅਮਰ ਸੰਚਾਰ ਕਰਾਇਆ ਮਰਤਪਾਲ ਨੇ ਨਸ਼ੇ ਤੋਂ ਕਿੰਨੇ ਮੁੰਡੇ ਉਹਨੇ ਰਹਿਤ ਕਰਾਤੇ ਹੋਣੇ ਸੜਾਤਾ ਹੋਣਾ ਕਿੰਦਿਆਂ ਨੂੰ ਸਿੱਖੀ ਨਾਲ ਜੋੜਦਾ ਇਤਿਹਾਸ ਨਾਲ ਜੋੜਦਾ ਉਹਨਾਂ ਨਾਲੇ ਭਵਿੱਖ ਬਾਰੇ ਉਹਨਾਂ ਨੂੰ ਤਿਆਗ ਕੀਤਾ ਸੰਘਰਸ਼ ਵਾਸਤੇ ਪੰਜਾਬ ਦੀ ਹੋਂਦ ਨੂੰ ਬਚਾਉਣ ਦੇ ਲਈ ਉਹ ਚੱਕ ਕੇ ਨੇ ਸੇ ਲਾ ਕੇ ਉਹ ਲਿਆਂ ਇਸ ਭਵੰਤ ਨੇ 20 25 ਕੰਪਨੀਆਂ ਜਾ ਕੇ ਦਿੱਲੀ ਤੋਂ ਸਾਨੂੰ ਦਿਓ ਜੀ ਅਸੀਂ ਬਹੁਤ ਵੱਡੇ ਅਤਵਾਦੀ ਆ ਗਏ ਪੰਜਾਬ ਵਿੱਚ ਇਹ ਜਿਹੜਾ ਬੰਦਾ ਇੱਥੇ ਪੰਜਾਬ ਦੀ ਜ਼ੁਬਾਨੀ ਨੂੰ ਬਚਾਉਣ ਦੀ ਗੱਲ ਕਰੂਗਾ ਉਹਨਾਂ ਨੂੰ ਅੱਤਵਾਦੀ ਨਜ਼ਰ ਆਉਂਦਾ ਹੈ। ਉਹੀ ਇੱਕ ਝੋਟਾ ਸੀ। ਜਿਹੜਾ ਵਿਚਾਰਾ ਲਗਾਤਾਰ ਉਹਦੀ ਕੋ ਤਨਖਾਹ ਥੋੜੀ ਸੀ। ਜਉਦਾ ਕੋਈ ਆਪਣਾ ਹਿੱਤ ਸੀ। ਉਹਨੇ ਪੰਜਾਬ ਦੇ ਲੋਕਾਂ ਦਾ ਦਰਦ ਸਮਝਿਆ ਕਿਉਂਕਿ ਆਪ ਉਸ ਸਿਸਟਮ ਚੋਂ ਨਿਕਲਿਆ ਸੀ। ਤਾਂ ਉਹਨੇ ਵਿਚਾਰੇ ਨੇ ਇਹ ਇਹ ਬੀੜਾ ਚੱਕਿਆ ਪਿੰਡੋਂ ਪਿੰਡੀ ਗਿਆ ਕਿੰਨੇ ਬੰਦੇ ਫੜੇ। ਕਿੰਨੇ ਨਸ਼ਿਆ ਫੜ ਕੇ ਪੁਲਿਸ ਨੂੰ ਦੇ ਕੇ ਆਉਂਦਾ ਰਿਹਾ। ਅੱਜ ਉਸੇ ਨੂੰ ਫੜ ਕੇ ਅੰਦਰ ਕਰਤਾ ਕਿਉਂਕਿ ਸਰਕਾਰ ਨੂੰ ਲੱਗਦਾ ਕਿ ਸਾਡੀ ਬਦਨਾਮੀ ਹੋ ਰਹੀ ਹੈ। ਮੀਡੀਆ ਦਾ ਪੈਸਾ ਦਬਲਿਆ ਜਿਹੜਾ ਮਾੜਾ ਮੋਟਾ ਆਵਾਜ਼ ਜਾਂਦੀ ਸੀਗੀ ਕੋਈ ਸੋਸ਼ਲ ਮੀਡੀਆ ਰਾਹੀਂ ਉਹਦੀ ਆਵਾਜ਼ ਦਬਣ ਦੇ ਲਈ ਹੁਣ ਮੈਨੂੰ ਲੱਗਦਾ 12 ਤੋਂ 15 ਦਾ ਅੰਕੜਾ ਪੰਜਾਬ ਚ ਇੱਕ ਦਿਨ ਦਾ ਜਿਹੜੇ ਨੌਜਵਾਨ ਮਰਦੇ ਆ ਚਿੱਟੇ ਦੇ ਨਾਲ ਕਿਤੇ ਮੀਡੀਆ ਚ ਖਬਰ ਆਉਂਦੀ ਹੈ ਕੋਈ ਖ਼ਵਾਰ ਚ ਖਬਰ ਲੱਗਦੀ ਹੈ ਸਾਰਾ ਖਰੀਦਿਆ ਹੋਇਆ ਜੀ ਤੇ ਇਹਨਾਂ ਨੂੰ ਲੱਗਦਾ ਵੀ ਅਸੀਂ ਇਹ ਜੀਆਂ ਖ਼ਬਰਾਂ ਬਾਹਰ ਨਾ ਨਿਕਲਣ ਦੇ ਕੋ ਲੋਕਣ ਲੱਗੋ ਸਾਰਾ ਠੀਕ ਹੈ ਚਿੱਟਾ ਤਾਂ ਹੈ ਹੀ ਨਹੀਂ ਹਾਲਾਂਕਿ ਚਿੱਟਾ ਪਿਛਲੀਆਂ ਸਰਕਾਰਾਂ ਚ ਵੀ ਵੇਚਿਆ ਕੀ ਦੋ ਰਾਮਾਨੀ ਬਾਦਲਾਂ ਚ ਬਧੇਰਾ ਵੇਖਿਆ ਕਾਂਗਰਸ ਚ ਬਧੇਰਾ ਵੇਖਿਆ ਇੰਨਾ ਚ ਕਈ ਗੁਣਾ ਵੱਧ ਗਿਆ ਉਹਨੂੰ ਰੋਕਣ ਦੀ ਬਜਾਏ ਝੋਟੇ ਨੇ 21 ਤਰੀਕ ਨੂੰ ਕੱਠ ਰੱਖਿਆ ਸੀ ਵੀ ਸਵਾਲ ਕਰਨਾ ਸਰਕਾਰ ਨੂੰ ਪੰਜਾਬ ਦਾ ਕੱਟ ਸੀ ਮਾਨਸਾ ਚ ਵੀ ਰੋਕਿਆ ਨਹੀਂ ਜੀ ਦੱਸੋ ਬੰਦ ਕਿਉਂ ਨਹੀਂ ਕਰ ਰਹੇ ਤੇ ਜ਼ਿੰਮੇਵਾਰ ਕੌਣ ਹੈ ਉਹ ਲੱਗਾ ਵੀ ਇਹ ਤਾਂ ਬਹੁਤ ਵੱਡੀ ਬਦਨਾਮੀ ਹੈ ਸਰਕਾਰ ਦੀ ਫੜ ਕੇ ਚੱਕ ਕੇ ਇੱਕ 400 ਰੁਪਏ ਦੀ ਫਰੋਤੀ ਦਾ ਪ੍ਰਾਣਾ ਮੁਕਦਮਾ ਸੀ ਉਹ ਚ ਗ੍ਰਿਫਤਾਰੀ ਪਾਤੀ ਇੱਕ ਇੱਥੇ ਕੋਈ ਇਹਨੇ ਝੋਟੇ ਨੇ ਫੜਿਆ ਸੀ ਬੰਦਾ ਨਸ਼ੇ ਵਾਲਾ ਉਹਦੇ ਗਾਲ ਚ ਹਾਰ ਹੂਰ ਪਾਏ ਚੱਪਲਾਂ ਦਾ ਕਹਿੰਦੇ ਉਹਦੀ ਮਾਨਹਾਨੀ ਕਰਤੀ ਖੂਬ ਸਵਾਰਾਨਾ ਯਾਰ ਜਿਹੜਾ ਬੰਦਾ 20 ਸਾਲ ਤੋਂ ਇੱਥੇ ਨਸ਼ਾ ਵੇਚ ਰਿਹਾ ਹੈ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਦੇ ਨਸ਼ੇ ਨਾਲ ਮਰ ਗਏ ਹੋਣੇ ਆ ਉਹਦੀ ਹਾਨੀ ਹੋਗੀ ਕਹਿੰਦੇ ਉਹਦੇ ਮਾਨ ਦੀ ਹਾਨੀ ਹੋਗੀ ਲੱਗਦਾ ਜਿਹੜੇ ਬੋਰਡ ਲੱਗ ਰਹੇ ਆ ਪੰਜਾਬ ਦੇ ਵਿੱਚ ਸਰਕਾਰ ਤਾਂ ਕਹਿੰਦੀ ਪਿਛਤਾਚਾਰ ਖਤਮ ਕਰਤਾ ਸੀ ਤਾਂ ਜਿਹੜਾ ਨਸ਼ੇ ਨੂੰ ਠੱਲ ਪਾਤੀ 24 ਘੰਟਿਆਂ ਦੇ ਦਾਅਵੇ ਲੋਕਾਂ ਦੇ ਨਾਲ ਸੀਗੇ ਉਹ ਕੀ ਸੀਗਾ ਉਹ ਮਿੱਠੀਆਂ ਗੋਲੀਆਂ ਸੀ ਜਾਂ ਚੂੜਨ ਦੀਆਂ ਗੋਲੀਆਂ ਸੀਗੀਆਂ ਉਹ ਦਿੱਤੀਆਂ ਗਈਆਂ ਪੰਜਾਬ ਦੇ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਜਦੋਂ ਲੋਕ ਅੱਖਾਂ ਬੰਦ ਕਰਕੇ ਸੋਚਣ ਲੱਗ ਜਾਂਣਾ ਫਿਰ ਐਂ ਹੁੰਦਾ ਹੈ ਤੁਸੀਂ ਭਗਤੀ ਅੰਨੇ ਬਣ ਜਾਣਾ ਪਰ ਸਾਡੇ ਲਈ ਤਾਂ ਯਾਰ ਜੋ ਮਰਜ਼ੀ ਹੋਈ ਜਾਵੇ ਸਾਨੂੰ ਕੀ ਪਰਵਾਹ ਸਰੋਂ ਸਾਡਾ ਮੁੱਖ ਮੰਤਰੀ ਪੰਜਾਮਾ ਚੱਕ ਕੇ ਮਿਲਣਾ ਚਾਹੀਦਾ ਪੰਜਾਮਾ ਟੰਗੀ ਫਿਰਦਾ ਇਹ ਗੱਲ ਬਹੁਤ ਵੱਡੀ ਹੈ ਮੁੱਖ ਮੰਤਰੀ ਜਹਾਜ਼ ਤੇ ਨਹੀਂ ਆਇਆ ਗੱਡੀ ਤੇ ਆਇਆ ਗੱਲ ਬਹੁਤ ਵੱਡੀ ਹੈ ਮੁੱਖ ਮੰਤਰੀ ਗੋਡੇ-ਗੋਡੇ ਪਾਣੀ ਦੀ ਫਿਰਦਾ ਇਹ ਵੱਡੀ ਗੱਲ ਹੈ ਸਾਡੇ ਲਈ ਗੱਲ ਥੋੜੀ ਵੱਡੀ ਵੀ ਸਾਡੇ ਨੌਜਵਾਨ ਚਿੱਟੇ ਨਾਲ ਮਰ ਰਹੇ ਆ ਜਵਾਨੀ ਬਾਹਰ ਨੂੰ ਭੱਜ ਚਲੀ ਪਾਣੀ ਸਾਡੇ ਡੂੰਗੇ ਹੋ ਗਏ ਕਿਸਾਨੀ ਸਾਡੀ ਖਤਮ ਹੋ ਗਈ ਮਜ਼ਦੂਰ ਸਾਡੇ ਬਿਲਕੁਲ ਖਤਮ ਹੋਏ ਪਏ ਆ ਇਹ ਗੱਲਾਂ ਸਾਡੇ ਲਈ ਹੈ ਹੀ ਨਹੀਂ ਸਰਨ ਦਾ ਗੁਮੰਤਰੀ ਸਾਡੇ ਘਰੇ ਆ ਜੇ ਸਾਡੇ ਵਿਆਹ ਤੇ ਆ ਗਿਆ ਸਾਨੂੰ ਜੱਫੀ ਪਾ ਕੇ ਮਿਲ ਲਿਆ ਸਾਡਾ ਫੋਟੋ ਕਰਾ ਲਿਆ ਪਾਬਾ ਕੋ ਬਾਗ ਇਹਦੇ ਜ਼ਿੰਮੇਵਾਰ ਮੈਂ ਲੋਕਾਂ ਨੂੰ ਮੰਨਦਾ ਕੋਈ ਸਾਡੇ ਲੋਕਾਂ ਦੀ ਨਹੀਂ ਸਮਝ ਹੀ ਨਹੀਂ ਯਾਰ ਕਦੇ ਬਣੀ ਯਾਰ ਵਿੱਚ ਕਿਹੜੇ ਮੁੱਦੇ ਨੇ ਸਾਡੇ ਪੰਜਾਬ ਦੇ ਅੱਜ ਇਹ ਮੁੱਦੇ ਨੇ ਸਾਡਾ ਇੱਕ ਇੱਕ ਕਰਕੇ ਸਾਡੇ ਸਾਰੇ ਹੱਕ ਖੋਏ ਜਾ ਰਹੇ ਆ ਹਰਿਆਣੇ ਨੂੰ 10 ਏਕੜ ਜ਼ਮੀਨ ਉਹਨਾਂ ਨੇ ਸੈਂਟਰ ਨੇ ਕਹਦਾ ਚੰਡੀਗੜ੍ਹ ਦੇ ਵਿੱਚ ਜੂਟੀ ਨੇ ਵੀ ਆ ਚੱਕੋ ਉਥੋਂ 10 ਏਕੜ ਜ਼ਮੀਨ ਦਾਨ ਸਭਾ ਬਣਾਉਣ ਲਈ ਦਿੱਤੀ ਕਿਸੇ ਮੰਤਰੀ ਦਾ ਕਿਸੇ ਵਿਰੋਧੀ ਧਿਰ ਦੇ ਲੀਡਰ ਦਾ ਕਿਹਦਾ ਬਿਆਨ ਆਇਆ ਸਭ ਚੁੱਪਾ BBMB ਦੇ ਵਿੱਚ ਪੰਜਾਬ ਕਾਡ ਦਾ ਸਭ ਚੁੱਪਾ ਕਿੱਡੇ ਕਿੱਡੇ ਸਾਡੇ ਉੱਤੇ ਧੱਕੇ ਹੋ ਰਹੇ ਹੱਕ ਹੋਏ ਜਾ ਰਹੇ ਆ ਉਧਰ ਧਿਆਨ ਨਹੀਂ ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਹੈ ਬਿਲੀਆ ਬਿੱਲ ਮਾਫ ਹੋ ਗਿਆ ਬੱਸ ਦਾ ਸਫਰ ਮੁਫਤ ਹੋ ਗਿਆ ਅਸੀਂ ਉੱਥੇ ਖੜੇ ਆ ਉਹਨਾਂ ਨੇ ਪਤਾ ਵੀ ਇੰਨੇ ਕਾਲੇ ਲੋਕ ਸੱਟੋ ਬੁਰਕੀ ਥੋੜੀ ਗੱਲ ਨੂੰ ਵਿੱਚ ਟੋਕ ਰਹੇ ਤੁਸੀਂ ਬੱਸਾਂ ਦੀ ਗੱਲ ਕੀਤੀ ਹੈ ਬੱਸਾਂ ਦੇ ਸਫ਼ਰ ਦੀ ਨਾ ਬੀਤੇ ਦਿਨ ਜਿਹੜਾ ਮਨਾਲੀ ਚ ਹਾਸਾ ਵਾਪਰਿਆ ਸੀ ਸਭ ਨੇ ਦੇਖਿਆ ਉਹ ਪਰਿਵਾਰ ਨੂੰ ਕਹਿੰਦੇ ਮੁਆਵਜ਼ਾ ਲੈਣ ਦੇ ਲਈ ਮੈਂ ਵੀ ਕਵਰੇਜ ਕਰਕੇ ਆਇਆ ਉਹਨਾਂ ਨੂੰ ਲਾਹ ਸੜਕ ਤੇ ਰੱਖਣੀ ਪਈ ਦੂਜੀ ਹਿਮਾਚਲ ਸਰਕਾਰ ਦੀ ਇੱਕ ਨਖੇਦੀ ਆ ਅਕਸਰ ਉਹ ਦਾਵਾ ਦਾ ਠੋਕਰੇ ਸਾਡੇ ਚੰਡੀਗੜ੍ਹ ਤੇ ਵੀ ਸਾਨੂੰ ਜਿਹੜਾ ਚੰਡੀਗੜ੍ਹ ਸਾਨੂੰ ਤੋਂ ਜ਼ਮੀਨ ਤੋਂ ਕਹਿੰਦੇ ਉਹਦੀ ਡੈੱਡ ਬੋਡੀ ਜਿਹੜੀ ਡਰਾਈਵਰ ਦੀ ਸੀ ਉਹਨਾਂ ਨੇ ਫ੍ਰਿਜ ਦੇ ਵਿੱਚ ਨਹੀਂ ਰੱਖੀ ਉਹ ਤੇ ਕੀੜੇ ਪੈ ਗਏ ਦੇਖੋ ਵੀਰੇ ਇਹ ਲੋਕ ਦਿਖਾਵਾ ਲੋਕ ਵੀ ਲੋਕ ਦਿਖਾਵੇ ਚ ਹੀ ਬਹੁਤ ਆਉਂਦੇ ਆ ਅਸਲ ਸਚਾਈ ਦੇ ਉੱਤੇ ਹਕੀਕਤ ਕੀ ਐ ਗਰਾਊਂਡ ਤੇ ਕੀ ਹੋਣਾ ਚਾਹੀਦਾ ਇਹ ਨਹੀਂ ਹੋ ਰਿਹਾ ਉਹ ਇਸ ਕਰਕੇ ਜੋ ਮੈਂ ਕਹਣਾ ਕੱਲੇ ਯਾਰ ਤੁਸੀਂ ਇੱਕ ਦੀ ਕੀ ਗੱਲ ਕਰਦੇ ਹੋ ਹੁਣ ਜੋ ਨੁਕਸਾਨ ਪੰਜਾਬ ਦਾ ਹੋਊਗਾ ਮੈਂ ਲੜ ਜਿਹੜੇ ਲੋਕ ਅੱਜ ਵਿਚਾਰੇ ਦੱਬੇ ਗਏ ਇਹ 10 ਸਾਲ ਬਹਾਲ ਨਹੀਂ ਹੋਣੇ ਨੁਕਸਾਨ ਪਾਣੀ ਦਾ ਹੋਇਆ ਨਾ ਮੈਂ बार-बार ਲੋਕਾਂ ਦੇ ਦਿਮਾਗ ਦੇ ਵਿੱਚ ਜਹਨ ਦੇ ਵਿੱਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸਿਧਾਂਤ ਆ ਦੁਨੀਆ ਦਾ ਪਾਣੀ ਵੰਡਿਆ ਗਿਆ ਰੇਪਰਿੰਸ ਦਾਤਾਂ ਦੇ ਮੁਤਾਬਕ ਸਾਡੇ ਪਾਣੀ ਦੇ ਉੱਤੇ ਰਾਜਸਥਾਨ ਹੱਕ ਕਿਵੇਂ ਰੱਖਦਾ ਸਾਡਾ ਹੁਣ ਤੱਕ ਦਾ ਰੈਲਟੀ 55 ਲੱਖ ਰੋਡ ਦੀ ਬਣਦੀ ਹੈ ਰਾਜਸਥਾਨ ਵੱਲ ਸਾਡਾ ਮੁੱਖ ਮੰਤਰੀ ਠੋਕੂਗਾ ਕਲੇਮ ਦਾਵਾ ਵੀ ਸਾਡਾ ਪੈਸਾ ਦਿਓ ਜੋ ਪੈਸਾ ਹੀ ਕੱਲਾ ਸਾਡੇ ਕੋਲ ਕੱਲੇ ਪਾਣੀ ਦਾ ਸਾਡੇ ਦਾ ਪੈਸਾ ਆ ਜੇ ਤਾਂ ਪੰਜਾਬ ਦੇ ਬਾਰੇ ਨਿਆਰੇ ਹੋ ਜਾਣ ਕੋਈ ਇੱਥੇ ਜਿਹੜਾ ਵਿਚਾਰਾ ਕਰਜ਼ੇ ਦਾ ਦੱਬਿਆ ਹੋ ਖੁਦਕੁਸ਼ੀ ਕਰਕੇ ਨਹੀਂ ਮਰੂਗਾ ਕੋਈ ਇੱਥੇ ਗਰੀਬ ਬਿਨਾਂ ਇਲਾਜ ਤੋਂ ਨਹੀਂ ਮਰੂਗਾ ਕੋਈ ਇਸ ਕਰਕੇ ਨਹੀਂ ਪੜ੍ਹਾਈ ਛੱਡ ਜੂ ਪੈਸੇ ਮੇਰੇ ਕੋਲ ਹੈ ਨਹੀਂ ਪੜਨ ਨੂੰ ਉਹ ਨਾ ਪਿਆ ਸਾਡਾ ਜਿਹੜਾ ਜਾਂ ਸਾਡਾ ਪਾਣੀ ਜਾ ਕਿਉਂ ਰਿਆ ਅਸੀਂ ਨਹਿਰਾਂ ਦੇ ਬੈਠੇ ਕੱਲ ਖੁਰਦ ਫਰੋਇਪੁਰ ਦੋ ਮਹੀਨੇ ਬੈਠ ਰਹੇ ਆ ਜਦੋਂ ਪੱਕੀਆਂ ਕਰਕੇ ਲਿਫਾਫਾ ਪਾਉਂਦੇ ਸੀਗੇ ਉਹੀ ਸਾਡਾ ਮੁੱਦਾ ਸੀ ਅੱਜ ਵੀ ਮੇਰਾ ਮੁੱਦਾ ਉਹੀ ਹੈ ਕਿ ਸਾਡੇ ਲੋਕਾਂ ਨੇ ਇੱਥੇ ਸਮਝ ਹੀ ਨਹੀਂ ਬਣਦੀ ਉਲਟੇ ਮੈਨੂੰ ਸਵਾਲ ਜਾ ਲੈ ਲੱਖਾਂ ਕਹਿੰਦਾ ਰਾਸਤਾਂ ਨੂੰ ਪਾਣੀ ਨਹੀਂ ਦੇਣਾ ਲੈ ਸਾਂਭਲਾ ਪਾਣੀ ਇੰਨਾ ਪਾਣੀ ਆ ਗਿਆ ਉਹ ਮੂਰਖੋ ਇਹ ਪਾਣੀ ਸੁੱਡੀ ਬਰਬਾਦੀ ਕਰਕੇ ਤੁਹਾਡੇ ਕੰਮ ਤਾਂ ਕਿਸੇ ਆਉਣਾ ਨਹੀਂ ਸਤਲੋ ਤੇ ਵਿਆਸ ਦੌੜ ਰਿਹਾ ਬੱਟ ਜਿਹੜੇ ਆਪਣਾ ਨੁਕਸਾਨ ਕਰਦੇ ਆ ਸਤਲੁਜ ਦਾ ਜਾਂ ਬਿਆਸ ਕਰਕੇ ਕਿਸੇ ਰਾਜਸਥਾਨ ਜਾਂ ਕਿਸੇ ਦਿੱਲੀ ਜਾਂ ਕਿਸੇ ਹੋਰ ਸੂਬੇ ਦਾ ਨੁਕਸਾਨ ਹੋਇਆ ਨਹੀਂ ਹੋਇਆ ਨਾ ਕਿਸੇ ਹੋਰ ਸੂਬੇ ਜਮਨਾ ਕਰਕੇ ਹਰਿਆਣਾ ਦਾ ਨੁਕਸਾਨ ਹੋ ਗਿਆ ਹੁਣ ਪਰ ਬਿਆਸ ਤੇ ਸਤਲੁਜ ਕਰਕੇ ਨਹੀਂ ਹੋਇਆ ਤਾਂ ਫਿਰ ਇਹਦੇ ਪਾਣੀ ਦੇ ਹੱਕ ਕਿਉਂ ਨਹੀਂ ਸਾਡਾ ਇਹ ਗੱਲ ਸਾਡੇ ਅੱਜ ਲੋਕ ਸਮਝਣ ਨੂੰ ਕਿਉਂ ਨਹੀਂ ਤਿਆਰ ਵੀ ਤੁਸੀਂ ਧਰਤੀ ਹੇਠੋਂ ਪਾਣੀ ਮੁਕਾ ਲਿਆ ਹੁਣ ਕਹਿੰਦੇ ਇੰਨਾ ਪਾਣੀ ਹੁਣ ਸਾਡੇ ਦੇ ਲੋਕ ਨਹੀਂ ਸਮਝ ਕਿੱਥੇ ਖੜੀ ਆ ਕਹਿੰਦੇ ਲੱਖਾਂ ਕਹਿੰਦਾ ਪਾਣੀ ਮੁੱਕ ਜੂ ਪਾਣੀ ਇੰਨਾ ਪਾਣੀ ਪਾਣੀ ਕਿਹਨਾਂ ਮੁੱਕ ਜੂ ਹੁਣ ਇਹ ਪਾਣੀ ਦੇ ਨਾਲ ਜਿਹੜਾ ਪਾਣੀ ਆਇਆ ਕੀ ਸਾਡੇ ਪਾਣੀ ਦਾ ਧਰਤੀ ਹੇਠਲਾ ਲੈਵਲ ਇੱਕ ਵੀ ਇੰਚ ਵਧਿਆ? ਕੁਰੀਚਾਰਜ ਹੋ ਕੇ ਪਾਣੀ ਥੱਲੇ ਗਿਆ ਨਹੀਂ ਗਿਆ ਨਾ। ਉਹ ਤਾਂ ਥੱਲੇ ਮੁੱਕਣਾ। ਇਹ ਪਾਣੀ ਨੇ ਆਉਣਾ ਜੇ ਆਇਆ ਵੀ ਆਊਗਾ ਵੀ ਸੋਡੇ ਕਿਸੇ ਕੰਮ ਨਹੀਂ ਆਉਣਾ। ਸਦਾ ਨੁਕਸਾਨ ਕਰਕੇ ਨੇ ਟੱਪ ਜਾਣਾ। ਜੀ ਬਿਲਕੁਲ। ਸੁਰੇ ਗੱਲ ਸਮਝਣ ਦੀ ਲੋੜ ਆ ਕਿ ਯਾਰ ਸਾਡੀ ਕਹਾਣੀ ਕਿੱਥੇ ਖੜੀ ਆ ਅਸੀਂ ਪਾਣੀ ਕੱਢਣ ਦੀ ਬਜਾਏ ਜੇ ਆਹੀ ਪਾਣੀ ਜੇ ਅਸੀਂ ਮੋੜ ਕੇ ਰਾਜਸਥਾਨ ਨੂੰ ਜਾਂਦਿਆਂ ਤਾਂ ਨਹਿਰਾ ਦਿੱਲੀ ਨੂੰ ਜਾਂਦਾ ਸਾਡਾ ਪਾਣੀ ਇਹ ਮੋੜ ਕੇ ਅਸੀਂ ਪੰਜਾਬ ਨੂੰ ਲਿਆ ਗਏ ਤਾਂ ਪੰਜਾਬ ਵੱਸ ਸਕਿਆ। ਤਮੀ ਭਗਵੰਤ ਮਾਨ ਜੀ ਦਾ ਬਿਆਨ ਜਦੋਂ ਸਰੂਰ ਦौरा ਕਰ ਰਹੀ ਸੀ ਉਹ ਕਹਿੰਦੇ ਸਾਨੂੰ ਪਾਣੀ ਛੱਡਣ ਦੇ ਦਿੱਤਾ ਹੈ ਕਹਿੰਦੇ ਸਾਨੂੰ ਪਾਣੀ ਨਹੀਂ ਚਾਹੀਦਾ ਉਹ ਪਾਣੀ ਤੇ ਹੱਕ ਰੱਖਦੇ ਆ ਫਿਰ ਕੱਲ ਨੂੰ ਵੀ ਆ ਕੇ ਨਾ ਮੰਗਣ ਪਾਣੀ ਅੱਜ ਪੰਜਾਬ ਡੋਬ ਰਿਹਾ ਹੈਗਾ ਉਹ ਖੁਦ ਕਹਿੰਦੇ ਅਸੀਂ ਵਿਰੋਧੀਆਂ ਨੂੰ ਜਵਾਬ ਦੇਤਾ ਅਸੀਂ ਖੁਦ ਪੰਜਾਬ ਦੇ ਨਾਲ ਖੜਾ ਸਟੈਂਡ ਰੱਖਦਾ ਜੁਰਤ ਰੱਖਦਾ ਚੱਲ ਸਾਰਾ ਪੰਜਾਬ ਤੇ ਨਾਲ ਖੜੂ ਜਾਂਦਿਆਂ ਤਿੰਨੇ ਨਹਿਰਾਂ ਰਾਸਤਾਨ ਨੂੰ ਬੰਦ ਕਰ ਕਰ ਜੇ ਕਰਦਾ ਸਾਡਾ ਹੱਕ ਆ ਉਸ ਪਾਣੀ ਤੇ ਪਰ ਗੱਲਾਂ ਪਰਸੋਂ ਬਿਆਨ ਹੋਰ ਸੀ ਸੰਗਰੂਰ ਕੱਲ ਫਰੋਇਪੁਰ ਹੋਰ ਸੀ ਕਿ ਮੁੰਡੇ ਨੇ ਸਵਾਲ ਕੀਤਾ ਕਿ 18500 ਰੁਪਏ ਦੇਣਾ ਜੀ ਰਾਜਸਥਾਨ ਨੂੰ ਉਹ ਕੀ ਗੱਲ ਪਹੁੰਦਾ ਤੂੰ ਕਿੱਥੇ ਸਵਾਲ ਦਾ ਜਵਾਬ ਮੋੜ ਕੇ ਕਹਿੰਦਾ ਚੰਗਾ ਯਾਰ ਤੂੰ ਹੀ ਬੋਲੀ ਚੱਲ ਅੱਛਾ ਤੂੰ ਸੁਣਿਆ ਹੋਣਾ ਕੱਲ ਦੇਖਿਓ ਧਿਆਨ ਦੇ ਨਾਲ ਉੱਥੇ ਇੱਕ ਮੁੰਡਾ ਵਿਚਾਰਾ ਸਵਾਲ ਕਰਦਾ ਵੈਸੇ ਤਾਂ ਤੁਸੀਂ ਦੇਖੋ ਕੱਲ ਫਰੀਦਪੁਰ ਆਇਆ ਸਾਰੀਆਂ ਸੜਕਾਂ ਫਰੀਦਪੁਰ ਦੀਆਂ ਬੰਦ ਐ ਪੁਲਿਸ ਲੱਗੀ ਹੋਈ ਐ ਕਿਸੇ ਬੰਦੇ ਨੂੰ ਨਹੀਂ ਆਉਣ ਦਿੱਤਾ ਜਾਂਦਾ 4000 ਪੁਲਿਸ ਵਾਲਾ ਲੱਗਿਆ ਵਾਸੀ ਕੱਲ ਕਲੇ ਫਰੀਦਪੁਰ ਜਿੱਥੇ ਮੁੱਖ ਮੰਤਰੀ ਸਾਹਿਬ ਸਤਾਵਜ ਵਾਲੇ ਆਏ ਐ ਉੱਥੇ ਉਲਟਾ ਡਰਾਮਾ ਕਰੀ ਜਾਂਦਾ ਦੇਖੋ ਜੀ ਮੈਂ ਪਹਿਲਾਂ ਕੋਈ ਮੁੱਖ ਮੰਤਰੀ ਦੇਖਿਆ ਵੀ ਐ ਲੋਕਾਂ 'ਚ ਮਿਲਦਾ ਲੋਕ ਕਿਹੜੇ ਆ ਉਹ ਤੇਰੇ ਚਮਚੇ ਖੜੇ ਆ ਉਹ ਬਿੰਦੋਬਾਦ ਜਿੰਦਾਬਾਦ ਕਰੀ ਜਾਂਦੇ ਆ ਸਵਾਲ ਦਾ ਜਵਾਬ ਦੇਣ ਦੀ ਬਜਾਏ ਗੱਲ ਘੁਮਾ ਕੇ ਹੋਰ ਪਾਸੇ ਲੈ ਗਿਆ ਉਲਟਾ ਨੂੰ ਜਵਾਬ ਨਹੀਂ ਦਿੰਦਾ ਪਤਾ ਹੁਣ ਫੋਟੋ ਮੈਂ ਵੀ ਪਾਉਂਦੇ ਆ ਕਹਿੰਦੇ ਪਹਿਲਾਂ ਤਾਂ ਜਹਾਜਾਂ 'ਚ ਹੀ ਮੜ ਜਾਂਦੇ ਸੀ ਕਹਿੰਦੇ ਅਸੀਂ ਦੇਖੋ ਕਹਿੰਦੇ ਆ ਦੇਖੋ ਪਾਣੀ 'ਚ ਤੁਰੇ ਫਿਰਦੇ ਮੈਂ ਕਹਿੰਦਾ ਉਹ ਜਮਾਂ ਨਕੰਮੇ ਤੇ ਨਖਿੱਦ ਸੀ ਸੋਨੂੰ ਲਿਆਂਦਾ ਕਿੱ데 ਕਰਕੇ ਆ ਜੋ ਮਾਰੇ ਤਾਂ ਹੀ ਲਿਆਂਦੇ ਆ ਉਹਨਾਂ ਨੂੰ ਵੀ ਛੱਡ ਗਏ ਤੁਸੀਂ ਕੱਲੀ ਚਾਪਲੂਸੀ ਤੇ ਰਹਿ ਜਾਣਾ ਹੈ ਇਹ ਬੰਦੇ ਨੇ ਨੁਕਸਾਨ ਐਸਾ ਕਰਕੇ ਜਣਾ ਬਾਦਲ ਚੱਪ ਰਹਿ ਕੇ ਨੁਕਸਾਨ ਕਰ ਗਿਆ 40 ਸਾਲ ਪੰਜਾਬ ਦਾ ਇਹ ਬੋਲ ਕੇ ਕਰ ਜੂਗਾ ਗੱਲਾਂ ਦਾ ਖੜਾ ਬਣਾ ਬਣਾ ਦੇ ਜਾਂਦਾ ਲੋਕਾਂ ਨੂੰ ਗੁਲਾਣਾ ਚੱਟੀ ਜਾਂਦੇ ਆ ਅਖਿਰ ਲਖ ਭਾਈ ਆਖਰੀ ਸਵਾਲ ਲਾਵਾਂਗਾ ਮੀਡੀਆ ਨੂੰ ਲੈ ਕੇ ਬਹੁਤ ਜ਼ਿਆਦਾ ਤੁਹਾਡੇ ਵੱਲੋਂ ਨਾ ਰੋਸਾ ਦਿਖਾਇਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਗੱਲ ਚੱਲ ਰਹੀ ਹੈ ਕਹਿੰਦੇ ਹੁਣ ਲੱਖਾ ਸਿੰਘ ਸੰਧਾਨਾ ਸਾਨੂੰ ਜਿਹੜੀ ਪੱਤਰਕਾਰੀ ਸਿਖਾਊਗਾ ਉਹ ਦੱਸੂਗਾ ਇੱਥੇ ਕੀ ਹੁੰਦੀ ਹੈ ਪੱਤਰਕਾਰੀ ਦੇ ਤੁਸੀਂ ਲਗਾਤਾਰ ਮੀਡੀਆ ਦੇ ਉੱਤੇ ਸਵਾਲ ਚੁੱਕ ਰਹੇ ਹੋ ਬੋਲਦੇ ਹੋ ਹਾਲਾਂਕਿ ਜਿਹੜਾ ਜਾਗਰੂਕਤਾ ਹੋ ਹੀ ਚੁੱਕਿਆ ਹੈ ਕੱਲੇ ਤੁਸੀਂ ਨਹੀਂ ਲੋਕ ਵੀ ਚੁੱਕ ਰਹ ਕਿ ਤੁਸੀਂ ਅਸਲ ਦੇਖੋ ਜਿਹੜੀਆਂ ਬਹੁਤ ਇਹ ਜੀਆਂ ਅੰਦਰੂਨੀ ਹੁਣ ਆਮ ਬੰਦੇ ਨੂੰ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 5-5000 ਪੁਰਸ ਵਾਲਾ 4-4000 ਲੱਗ ਜਾਂਦਾ ਉੱਥੇ ਨੇੜੇ ਬੰਦੇ ਨੂੰ ਮੁੱਖ ਮੰਤਰੀ ਦੇ ਪਹੁੰਚਣ ਨਹੀਂ ਦਿੰਦੇ ਉੱਥੇ ਮੰਨ ਲਓ ਕਿ ਮੀਡੀਆ ਦੀ ਜ਼ਿੰਮੇਵਾਰੀ ਰਹਿ ਜਾਂਦੀ ਵੀ ਕੱਲ ਨੂੰ ਕੋਈ ਪ੍ਰੈਸ ਕਾਨਫਰੰਸ ਹੁੰਦੀ ਆ ਤਾਂ ਮੀਡੀਆ ਸਵਾਲ ਕਰ ਸਕਦਾ ਕਿਸੇ ਮੰਤਰੀ ਨੂੰ ਐਮਐਲਏ ਨੂੰ ਮੁੱਖ ਮੰਤਰੀ ਨੂੰ ਉਹ ਆਪਣੀ ਜ਼ਿੰਮੇਵਾਰੀ ਮੀਡੀਆ ਨਿਭਾ ਨਹੀਂ ਦਿਆ ਪੰਜਾਬ ਦਾ ਜੋ ਦੇਸ਼ ਦਾ ਮੀਡੀਆ ਗੋਦੀ ਮੀਡੀਆ ਬਣ ਕੇ ਮੋਦੀ ਦੀ ਗੋਦੀ ਚ ਬਹਿ ਗਿਆ ਉਹਦੀ ਪਿੱਠ ਪੂਰੀ ਜਾਂਦਾ ਉਹੀ ਪੰਜਾਬ ਦਾ ਮੀਡੀਆ ਹੋ ਗਿਆ ਬਹੁਤ ਥੋੜੇ ਨੇ ਜਿਹੜੇ ਆਵਾਜ਼ ਚੱਕ ਰਹੇ ਨੇ ਉਹ ਵਿਚਾਰੇ ਹੂੰ ਰਗੜ ਤੇ ਕਿਹਦਾ ਚੈਨਲ ਬੰਦ ਕਰਦਾ ਕਿ ਦੀ ਰੀਚ ਮਾਰਤੀ ਵੀ ਹੋਇਆ ਜਦੋਂ ਥੜੀ ਦਾ ਫੋਨ ਟ੍ਰੇਸ ਕਰ ਲਿਆ ਸਾਰਾ ਕੁਝ ਉਹਦਾ ਫੋਨ ਟ੍ਰੇਸਿੰਗ ਤੇ ਹੋ ਰਿਹਾ ਤੁਸੀਂ ਦੇਖੋ ਜਿਹੜੇ ਜਿਹੜਾ ਮੀਡੀਆ ਅੱਜ ਵਿਚਾਰੇ ਥੋੜੇ ਜਿਿਹੇ ਪੱਤਰਕਾਰ ਰਹਿ ਗਏ ਜਿਹੜੇ ਕਰ ਰਹੇ ਨੇ ਹਲੇ ਲੋਕਾਂ ਤਾਂ ਗੱਲ ਸੱਚਾਈ ਪਚਾ ਰਹੇ ਆ ਉਹਨਾਂ ਦੇ ਕੋਈ ਕਿਤੇ ਉਤਰਨੇ ਤੇ ਆ ਜਾਣਾ ਉਹਨਾਂ ਨੇ ਪੁਲਿਸ ਦੇ ਗੱਡੀਆਂ ਉਹਨਾਂ ਨੇ ਮਗਰ ਆ ਕੇ ਲੱਗ ਜਾਂਦੀਆਂ ਨੇ ਨੰਬਰ ਫੋਟੋ ਖਿੱਚ ਲਈ ਉਦੀ ਗੱਡੀ ਦੀ ਮਤਲਬ ਕਿ ਨੰਬਰ ਦੀ ਉਹਦੇ ਐਂ ਦੇ ਵਾਲੇ ਕਿ ਉਹਦੀਆਂ ਉਹਦੀ ਵੀਡੀਓ ਬਣਾਉਣ ਲੱਗੇ ਜਾਨੇ ਉਹਨੂੰ ਉਹਨੂੰ ਡਰਾਇਆ ਜਾ ਰਿਹਾ ਵੀ ਤੇਰੇ ਮਗਰ ਦੇਖ ਸਰਕਾਰ ਫਿਰਦੀ ਹੈ ਸੀਐਡੀ ਫਿਰਦੀ ਹੈ ਪੁਲਿਸ ਫਿਰਦੀ ਹੈ ਵੀ ਆਪੇ ਡਰ ਕੇ ਪਿੱਛੇ ਹਟ ਜੀ ਵੀ ਮੈਂ ਕੀ ਲੈਣਾ ਯਾਰ ਜਿਹੜੇ ਬਾਕੀ ਭਾਈ ਕੌਲੀ ਜੱਟ ਸੀ ਕਿਹਨੇ 2 ਕਰੋੜ ਲੈ ਲਿਆ ਕਿਹਨੇ 4 ਕਰੋੜ ਲੈ ਲਿਆ ਉਹ ਐ ਪੈਸਾ ਲੈ ਕੇ ਚੁੱਪ ਕਰ ਗਏ ਜਿਹੜੇ ਆਪਣੇ ਆਪ ਨੂੰ ਬਹੁਤ ਪੰਜਾਬ ਪੱਖੀ ਕਹਾਉਂਦੇ ਸੀ ਪਰ ਇਹ ਲੋਕਾਂ ਨੇ ਨਖੇੜਾ ਕਰਨਾ ਕਿ ਕੌਣ ਸਾਡਾ ਕੌਣ ਬਗਾਨਾ ਪਰ ਲੋਕੋ ਮੈਂ ਤੁਹਾਨੂੰ ਇੱਕੋ ਹੀ ਅਪੀਲ ਕਰਦਾ ਵੀ ਛੇਤੀ ਭੁੱਲਿਆ ਨਾ ਕਰੋ ਯਾਰ ਅਸੀਂ ਮੈਨੂੰ ਇਸੇ ਸਾਡ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਜਿਹੜੀ ਸਭ ਤੋਂ ਵੱਡੀ ਤਰਾਸਦੀ ਆ ਇਹ ਭੁੱਲਦੇ ਬਹੁਸ਼ੇਤੀ ਆ ਜੋ ਮਰਜੀ ਲੁੱਟੋ ਕੁੱਟੋ ਮਾਰੋ ਦੱਬੋ ਇਹਨਾਂ ਨੂੰ ਇਹਨਾਂ ਨੂੰ ਮੌਕੇ ਤੇ ਆ ਕੇ ਕੋਈ ਮਾੜੀ ਮੋਟੀ ਕੋਈ ਲਾਲਚ ਦੇ ਦਿਓ ਕੋਈ ਫਰੀ ਦੀ ਚੀਜ਼ ਦੇ ਦਿਓ ਇਹ ਵਿਰ ਜਾਂਦੇ ਆ ਇਹ ਇੰਨੇ ਕਾਲੇ ਆ ਇਹੀ ਗੱਲ ਤਾਂ ਏਸੀ ਗੱਲ ਦਾ ਫਾਇਦਾ ਪਹਿਲਾਂ ਬਾਦਲ ਠਾਉਂਦੇ ਰਹੇ ਇਸੇ ਗੱਲ ਦਾ ਕਾਂਗਰਸ ਨੇ اٹھਾਇਆ। ਇਸੇ ਗੱਲ ਦਾ ਫੈਸਲਾ ਤੋਂ ਮੇਰੀ ਗੱਲ ਯਾਦ ਰੱਖੀ। ਮੈਂ ਪਹਿਲਾਂ ਇੱਕ ਪੱਤਰਕਾਰ ਨੂੰ ਸੁਣਾ ਕੇ ਆਇਆ। ਮਹਾ ਮੇਰੇ ਪਿੰਡ ਮੇਰੀ ਤੜਕੀ ਗੱਲ ਹੋਈ। 30-35 ਕਿੱਲਾਂ ਦਾ مالک ਹੈ। ਉਹ ਆਂ ਦਾ ਮੇਰਾ ਬਿੱਲ ਨਹੀਂ ਆਇਆ ਮੈਨੂੰ ਬਿਜਲੀ ਦਾ। ਅੱਛਾ। ਉਹ ਖੁਸ਼ ਹੈ। ਉਹ ਖੁਸ਼ ਹੋਇਆ ਬੈਠੇ। ਉਹ ਖੁਸ਼ ਹੈ। ਹੂੰ। ਉਹਨੂੰ ਇਹ ਨਹੀਂ ਪ੍ਰਵਾਹ ਵੀ ਚੱਟੇ ਨਾਲ ਕੱਲ ਨੂੰ ਮੇਰਾ ਪੁੱਤ ਜਾਂ ਪੋਤਾ ਮਰ ਜਾਏ। ਉਹਨੂੰ ਕੋਈ ਚੱਕਰ ਨਹੀਂ। ਵੀ ਚੱਟਾ ਬੰਦ ਹੁੰਦਾ, ਰੁਕਦਾ, ਝੋਟਾ ਫੜ ਲਿਆ, ਨਹੀਂ ਫੜ ਲਿਆ। ਹੜ ਆ ਗਏ, ਲੋਕ ਮਰ ਗਏ। ਬਸ ਮੇਰਾ ਬਿੱਲ ਨਹੀਂ ਆਇਆ। ਹੂੰ। ਹੁਣ ਮੈਂ ਕਹਿੰਦਾ ਯਾਰ ਤੁਸੀਂ ਇੰਨਾ 22 3000 ਕਰੋੜ ਦੇ ਘਾਟੇ 'ਚ ਆ ਬਿਜਲੀ ਬੋਰ ਤੁਸੀਂ ਇੱਕ ਇੱਕ ਜਿਹੜਾ 20 ਕਿੱਲੇ ਵਾਲਾ ਬੰਦਾ 30 ਕਿੱਲੇ ਵਾਲਾ ਬੰਦਾ ਜੋ 500 ਰੁਪਿਆ ਦੋ ਮਹੀਨਿਆਂ ਦਾ ਬਿੱਲ ਭਰ ਵੀ ਦੂ ਹਮ ਕਿੱਡੀ ਗੱਲ ਆ ਬਿਲਕੁਲ 2-3000 ਰੁਪਿਆ ਸਾਲ ਦਾ ਨੂੰ ਕੋਈ ਬਾਲੀ ਵੱਡੀ ਗੱਲ ਨਹੀਂ ਕੋਈ ਮੁਲਾਜ਼ਮ ਬੰਦਾ ਉਹ ਭਰ ਦੂ ਨੂੰ ਵੱਡੀ ਗੱਲ ਨਹੀਂ ਪਰ ਦੂਜੇ ਪਾਸੇ ਹੁਣ ਸਾਡੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਇਹਦਾ ਨੁਕਸਾਨ ਸਾਡੇ ਲੋਕਾਂ ਨੇ ਅਖੀਰ ਭੁਗਤਣਾ ਜਦੋਂ ਜਮਾ ਖਤਮ ਹੋ ਗਿਆ ਇਹ ਦਾਰਾ ਬਿਜਲੀ ਬੋਰਡ ਉਹਨਾਂ ਚੱਕ ਕੇ ਵੇਚ ਦੇਣਾ ਵੀ ਚੱਕੋ ਆਵਾਨੀਆਂ ਨੂੰ ਉਡਾਨੀਆਂ ਨੂੰ ਦੇ ਤਾਂ ਸੰਭਾਤਾ ਉਹਨਾਂ ਨੇ ਥੋੜੇ ਲਾਉਣੇ ਆ ਮੀਟਰ ਆ ਕੇ ਚਿਪਾਂ ਵਾਲੀ ਮੀਟਰ ਠੋਕ ਦੇਣੇ ਆ ਉਹ ਤੁਸੀਂ ਚੁੱਪ ਕਰਕੇ ਜੇਪ ਆਉਂਗੇ ਚੱਲ ਫੂ ਫਿਰ ਮਾਰੋਗੇ ਚੀਕਾਂ ਸੋਨ ਸਾਡੇ ਲੋਕਾਂ ਦੀ ਮਾਨਸਿਕਤਾ ਇੱਥੇ ਕਾ ਕੇ ਖੜ ਗਈ ਵੀ ਇਹਨਾਂ ਦਾ ਬਿੱਲ ਮaaf ਕਰ ਦਿਓ ਇਹਨਾਂ ਨੂੰ ਕਣਕ ਦੇ ਦਿਓ ਇਹਨਾਂ ਨੂੰ ਆਟੇ ਦਾਲਾਂ ਵੰਡ ਦਿਓ ਇਹਨਾਂ ਨੇ ਹੁਣ ਐ ਨਹੀਂ ਪਤਾ ਹਜ਼ਾਰ-ਹਜ਼ਾਰ ਬੀਬੀਆਂ ਦੇ ਖਾਤੇ 'ਚ ਪਾਤਾ ਇਹ ਬਾਗੀਆਂ ਪੌਂਦੀਆਂ ਫਿਰਨੀਆਂ ਲੈ ਇਹੇ ਦਾ ਮੁੱਖ ਮੰਤਰੀ ਦੇਖਣਾ ਹਜ਼ਾਰ-ਹਜ਼ਾਰ 12000 ਤੋਂ ਨੂੰ ਮਹੀਨੇ ਦਾ ਆ ਗਿਆ ਕਿੱਡੀ ਗੱਲ ਹੋ ਗਈ ਦੂਜੇ ਪਾਸੇ ਨੁਕਸਾਨ ਕੀ ਹੋ ਰਿਹਾ ਬਿਲਕੁਲ ਵਿਕਤਾ ਪੰਜਾਬ ਰਿਹਾ ਨਾ ਹੁਣ ਜਿਵੇਂ ਇਹਨਾਂ ਨੇ ਇੱਕ ਸਕੀਮ ਕੱਢੀ ਆ ਜਿੰਨੀਆਂ ਦਾਣਾ ਮੰਡੀਆਂ ਨੇ ਸ਼ਹਿਰਾਂ 'ਚ ਉਹਨਾਂ ਨੂੰ ਵੇਚ ਕੇ ਕੁੜਾਂ ਅਰਬਾਂ ਦੀਆਂ ਕਿਉਂਕਿ ਮਹਿੰਗੀਆਂ ਜ਼ਮੀਨਾਂ ਆ ਗਈਆਂ ਸ਼ਹਿਰਾਂ ਦੀਆਂ ਬਾਹਰ ਕੋਈ ਪੰਚਾਇਤੀ ਜ਼ਮੀਨਾਂ ਦੇ ਦਾਣਾ ਮੰਡੀਆਂ ਬਣਾ ਦੇਣਗੇ ਜਿਵੇਂ ਬਾਦਲਾ ਨੇ ਕੀ ਕੀਤਾ ਜਿੰਨੀਆਂ ਪ੍ਰਾਣੀਆਂ ਜੇਹਲਾਂ ਸੀ ਸ਼ਹਿਰਾਂ ਦੇ ਵਿੱਚ ਉਹ ਜੇਹਲਾਂ ਵੇਚਤੀਆਂ ਉਹ ਬਹੁਤ ਮਹਿੰਗੀਆਂ ਵਿਕੀਆਂ ਉੱਥੇ ਕਲੋਨੀਆਂ ਕੱਟਦੀਆਂ ਬਾਹਰ ਕੋਈ ਪੰਚਾਇਤੀ ਜ਼ਮੀਨ ਜੇਹਲ ਬਣਾਤੀ ਹੁਣ ਇਹ ਵੀ ਸਰਕਾਰੀ ਜਿੰਨੀ ਜ਼ਾਇਦਾਦ ਆ ਉਹਦੇ ਅੱਖ ਰੱਖੀ ਬੈਠੇ ਹੁਣ ਮੱਤੇ ਬਾੜੀ ਦੀ 950 ਏਕੜ ਪੈਲੀ ਸੀ ਈ ਭਵੰਤ 15 ਮਿੰਟ ਵਿਧਾਨ ਸਭਾ ਚ ਬੋਲਿਆ ਕਿ ਇਹ 950 ਏਕੜ ਜਿਹੜੀ ਪੈਲੀ ਆ ਅਸੀਂ ਇਹ ਜਿਹੜੀ ਕੁਛ ਪਸ਼ੂ ਪਾਲਣ ਵਿਭਾਗ ਦੀ ਐ ਕੁਛ ਹੈਗੀ ਹੈਗੀ ਆਲੂ ਬੀਜ ਫਾਰਮ ਦੀ 500 ਏਕੜ 450 ਏਕੜ ਪਹਿਲੀ ਸੀਗੀ ਲੋਕਾਂ ਦੀ ਸੇਖੂਬਾਲ ਪਿੰਡ ਦੀ ਵੀ ਲੋਕਾਂ ਨੂੰ ਦੇਵਾਂਗੇ ਦੇ ਮਹਿਮਾਨ ਦੇ ਦਾਂਗੇ ਉਹ ਨਹੀਂ ਦਿੱਤੀ ਗਈ ਦੁਬਾਰਾ ਫਿਰ ਸਰਕਾਰ ਨੇ ਕਬਜ਼ਾ ਕਰ ਲਿਆ ਜਿਹੜੇ ਇਹ ਕਿਹੜੀ ਗੱਲ ਦੇ ਉੱਤੇ ਪੂਰਾ ਉਤਰਦਾ ਹੈ ਇਹ ਗਰਗੜ ਵਾਂਗੂ ਰੰਗ ਬਦਲਦਾ ਤੜਕੇ ਗੱਲ ਹੋਰ ਹੁੰਦੀ ਆਥਨੇ ਗੱਲ ਹੋਰ ਹੁੰਦੀ ਆ ਜਿੰਨਾ ਚਿਰ ਸਾਡੇ ਲੋਕ ਇਹ ਦੂਰੰਦੇਸ਼ੀ ਵਾਲੀ ਗੱਲ ਸਮਝਦੇ ਨਹੀਂ ਵੀ ਯਾਰ ਇਹ ਮਸਲਾ ਇੱਥੇ ਮੋਹਤ ਦੇ ਪਹਾੜਿਆਂ ਦਾ ਨਹੀਂ ਆ ਮਸਲਾ ਮੁਹਤਰੀ ਬਿਜਲੀ ਦਾ ਨਹੀਂ ਆ ਮਸਲਾ ਕੋਈ ਲੀਡਰ ਸੁਣਨਾ ਫੋਟੋ ਖਿਚਾ ਆ ਗਿਆ ਇਹ ਨਹੀਂ ਆ ਕੋਈ ਸੁਣੋ ਹੱਥ ਮਲਾ ਕੇ ਮਿਲ ਗਿਆ ਮਸਲਾ ਇਹ ਨਹੀਂ ਛੋੜੇ ਵਿਆਹ ਤੇ ਭੋਗ ਤੇ ਆ ਗਿਆ ਮਸਲਾ ਇਹ ਨਹੀਂ ਮਗਾ ਹਣਾਂ ਆਉਣ ਵਾਲੀਆਂ ਨਸਲਾਂ ਸੰਕ੍ਰੇਤ ਸਲਾਂ ਦਾ ਕਿਵੇਂ ਜਉਣਦੀਆਂ ਰਹਿਣੀਆਂ ਸਾਡੇ ਕੋਲ ਕੀ ਨੇ ਆ ਇਹ ਜੀ ਨਹੀਂ ਤਰੀਗੇ ਅਸੀਂ ਕਿਉਂ ਮਜ਼ਬੂਤ ਹੋਵੇ ਮਸਲੇ ਇਹ ਨੇ ਉਹ ਏਡੀ ਸਾਡੀ ਸਮਝ ਸੁੰਝ ਬਣਦੀ ਨਹੀਂ ਨਾ ਸੀ ਉਹ ਜੇ ਪੜਦੇ ਪੜਦੇ ਆ ਨਾ ਸਾਡੀ ਲੋੜ ਸਮਝਦੇ ਆ ਇਸ ਕਰਕੇ ਸਾਡਾ ਨੁਕਸਾਨ ਜਿਹੜਾ ਹੋ ਰਿਹਾ ਪ੍ਰਵਿੰਦਰ ਦਾ ਕੇਸ ਹੁਣ ਕਿੱਥੇ ਨਿਬੜੂਗਾ ਕਿ ਪ੍ਰਵਿੰਦਰ ਰਿਹਾ ਮੇਰੇ ਕੱਠ ਰੱਖਿਆ ਵੱਡਾ ਬਾਕ-ਬਾਕ ਜੱਥੇਬੰਦੀਆਂ ਨੇ ਮਿਲ ਕੇ ਇੱਥੇ ਐਲਾਨ ਕੀਤਾ ਕਿ 21 ਤਰੀਕ ਨੂੰ ਮਾਨਸਾ ਚ ਇਕੱਠ ਹੈ ਮੈਂ ਹਰ ਮੇਰੀ ਪੰਜਾਬ ਦੀ ਮਾਂ ਨੂੰ ਭੈਣ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਅਪੀਲ ਕਰਦਾ ਕਿ ਯਾਰ ਸਾਨੂੰ ਅ ਝੋਟੇ ਨਾਲ ਖੜਨਾ ਚਾਹੀਦਾ ਝੋਟਾ ਸੋਡੇ ਜਵਾਕਾਂ ਨੂੰ ਬਚਾਉਣ ਖਾਤਰ ਲੜ ਰਿਹਾ ਜੇ ਅ ਝੋਟੇ ਨਾਲੇ ਖੜੇ ਕੱਲ ਨੂੰ ਇਥੇ ਕੋਈ ਹੋਰ ਝੋਟਾ ਠੱਠਾ ਕੋਈ ਨਹੀਂ ਉੱਠਣਾ ਪੰਜਾਬ ਦੀ ਖਾਤਰ ਕਿਸ ਨੂੰ ਬਚਾਉਣ ਲਈ ਸੋ ਇਹੀ ਅਪੀਲ ਆ ਪੰਜਾਬ ਜੀ ਬਿਲਕੁਲ ਤਾਂ ਲਖਾ ਸਿੰਘ ਸਿਧਾਣਾ ਸਾਡੇ ਨਾਲ ਮजूद ਸੀਗੇ ਤਾਂ ਮਾਨਸਾ ਦੇ ਵਿੱਚ ਅੱਜ ਝੋਟੇ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਇਕੱਠ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਫੈਸਲਾ ਅਖੀਰ ਫੈਸਲਾ ਕੀਤਾ ਗਿਆ ਕਿ 21 ਤਰੀਕ ਨੂੰ ਦੁਬਾਰਾ ਜਿਹੜਾ ਇਕੱਠ ਮਾਨਸਾ ਦੇ ਵਿੱਚ ਕੀਤਾ ਜਾਵੇਗਾ ਜਿਸ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜਥੇਬੰ ਜਿਹੜੀ ਪਰਵਿੰਦਾ ਸਿੰਘ ਝੋਟਾ ਦੀ ਰਿਹਾਈ ਜਰੂਰ ਉਹ ਕਰਵਾਈ ਜਾਵੇਗੀ ਕਿਉਂਕਿ ਜਿਹੜੇ ਝੋਟੇ ਦੇ ਉੱਤੇ ਲਗਾਏ ਗਏ ਕੇਸ ਨੇ ਉਹ ਬੇਬੁਨਿਆਦ ਨੇ ਇਹ ਲੋਕਾਂ ਦਾ ਵੀ ਕਹਿਣਾ ਪਰਿਵਾਰ ਦਾ ਵੀ ਕਹਿਣਾ ਤੇ ਲੱਖਾ ਸਿੰਘ ਸਿਧਾਣਾ ਦਾ ਵੀ ਇਹੀ ਕਹਿਣਾਗਾ ਕੈਮਰਾ ਪਰਸਨ ਅਮਨਦੀਪ ਸਿੰਘ ਦੇ ਨਾਲ ਲਿਵ ਆਨ ਰਾਜਦੀਪ ਸਿੰਘ ਪੁੱਲਰ ਮਾਨਸਾ